ਦੋਸਤੋ ਪੰਜਾਬ ਦੀ ਨਵੀਂ ਨਵੀਂ ਜੌਬਸ ਅਪਡੇਟ ਲੈਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਡਿਸਟ੍ਰਿਕਟ ਐਂਡ ਸੈਸ਼ਨ ਹਾਈ ਕੋਰਟ ਬਠਿੰਡਾ ਵਿੱਚ ਆਈ ਜੌਬ ਰਿਕਰੂਟਮੈਂਟ ਦੀ। ਠੀਕ ਹੈ, ਪੀਐਨ ਦੀ ਪੋਸਟਾਂ ਦੋਸਤੋ ਇੱਥੇ ਆਪਾਂ ਚੈੱਕ ਕਰ ਸਕਦੇ, ਟੋਟਲ ਪੋਸਟਾਂ 5 ਪੋਸਟਾਂ ਨੇ। ਠੀਕ ਹੈ, ਸੈਲਰੀ ਦੀ ਗੱਲ ਕਰੀਏ 10,680 ਤੋਂ ਲੈ ਕੇ 1,650 ਗ੍ਰੇਡ ਪੇ ਇੱਥੇ ਇਹਨਾਂ ਨੇ ਮੈਂਸ਼ਨ ਕੀਤੀ ਹੋਈ ਹੈ। ਅਤੇ ਇਸ ਤੋਂ ਇਲਾਵਾ ਸਿਰਫ 8ਵੀਂ ਪਾਸ ਆ ਜਿਹੜਾ ਕੈਂਡੀਡੇਟ ਇਸ ਪੋਸਟ ਨੂੰ ਅਪਲਾਈ ਕਰ ਸਕਦਾ, ਅਤੇ ਏਜ ਲਿਮਿਟ ਦੀ ਗੱਲ ਕਰੀਏ 18 ਤੋਂ 35 ਸਾਲ ਦਾ ਕੋਈ ਵੀ ਕੈਂਡੀਡੇਟ ਇਸ ਪੋਸਟ ਨੂੰ ਅਪਲਾਈ ਕਰ ਸਕਦਾ। ਹੁਣ ਆਪਾਂ ਗੱਲ ਕਰ ਲੈਂਦੇ ਇਹ ਪੋਸਟ ਅਪਲਾਈ ਕਿਵੇਂ ਕਰਨੀ ਹੈ। ਤੁਹਾਨੂੰ ਇਸ ਤਰ੍ਹਾਂ ਦਾ ਪਰਫੋਰਮਾ ਡਾਊਨਲੋਡ ਕਰਨਾ ਪਵੇਗਾ। ਜੇ ਤੁਸੀਂ ਡਾਊਨਲੋਡ ਕਰ ਲਓਗੇ ਤਾਂ ਠੀਕ ਹੈ, ਵਰਨਾ ਮੈਨੂੰ ਇਸ ਇੰਸਟਾਗ੍ਰਾਮ ਆਈਡੀ 'ਤੇ ਮੈਸੇਜ ਕਰਕੇ ਇਹ ਜਿਹੜਾ ਪਰਫੋਰਮਾ ਤੁਸੀਂ ਲੈ ਸਕਦੇ ਹੋ, ਅਤੇ ਇਸ ਦਾ ਪ੍ਰਿੰਟ ਆਊਟ ਕਢਵਾ ਕੇ ਫਿਰ ਕਰਨਾ ਕਿ ਤੁਸੀਂ ਇੱਥੇ ਪਾਸਪੋਰਟ ਸਾਈਜ਼ ਫੋਟੋ ਲਗਾ ਲੈਣੀ, ਆਪਣਾ ਨੇਮ ਲਿਖ ਲੈਣਾ, ਫਾਦਰ ਨੇਮ ਲਿਖਣਾ, ਡੇਟ ਆਫ ਬਰਥ ਲਿਖਣਾ, ਕਿੰਨੇ ਸਾਲਾਂ ਦੇ ਹੋ ਚੁੱਕੇ ਹੋ ਵੀ ਉਹ ਆਪਾਂ ਇੱਥੇ ਨੰਬਰਸ ਵਿੱਚ ਲਿਖ ਦਾਂਗੇ, ਅਤੇ ਕੁਆਲੀਫਿਕੇਸ਼ਨ 8ਵੀਂ ਪਾਸ ਆਪਾਂ ਲਿਖ ਦਾਂਗੇ, ਆਪਣਾ ਪਰਮਾਨੈਂਟ ਐਡਰੈਸ ਅਤੇ ਕੋਰਸਪੋਂਡੈਂਸ ਐਡਰੈਸ ਇੱਥੇ ਫਿਲ ਕਰਨਾ ਹੈ, ਮਤਲਬ ਕਿ ਸੇਮ ਵੀ ਇੱਥੇ ਫਿਲ ਕਰ ਦੋਗੇ ਤਾਂ ਵੀ ਕੋਈ ਪ੍ਰੋਬਲਮ ਨਹੀਂ ਹੁੰਦੀ। ਇਸ ਤੋਂ ਬਾਅਦ ਨੈਸ਼ਨੈਲਿਟੀ ਦੀ ਗੱਲ ਕਰੀਏ ਇੰਡੀਅਨ ਇੱਥੇ, ਇਸ ਤੋਂ ਬਾਅਦ ਕੈਟੇਗਰੀ SC ST OBC ਜੋ ਵੀ ਹੋ ਤੁਸੀਂ ਉਹ ਇੱਥੇ ਆਪਾਂ ਫਿਲ ਕਰ ਲਾਂਗੇ। ਇਸ ਤੋਂ ਬਾਅਦ ਕੰਟੈਕਟ ਅਤੇ ਈਮੇਲ ਆਈ ਡੀ ਇੱਥੇ ਆਪਾਂ ਫਿਲ ਕਰ ਲਾਂਗੇ, ਆਪਣਾ ਮੋਬਾਈਲ ਨੰਬਰ ਅਤੇ ਈਮੇਲ ਐਡਰੈਸ। ਇਸ ਤੋਂ ਬਾਅਦ ਐਕਸਪੀਰੀਅੰਸ ਜੇ ਤੁਹਾਡੇ ਕੋਲ ਹੈ ਤਾਂ ਯੈਸ ਲਿਖ ਦਿਓ, ਨਹੀਂ ਤਾਂ ਨੋ ਲਿਖ ਦਿਓ। ਇਸ ਤੋਂ ਬਾਅਦ FIR ਬਾਰੇ ਪੁੱਛਿਆ ਗਿਆ, ਜੇ ਹੈ ਤਾਂ ਯੈਸ ਲਿਖ ਦਿਓ, ਨਹੀਂ ਤਾਂ ਨੋ ਲਿਖ ਦਿਓ। ਠੀਕ ਹੈ, ਇਸ ਤੋਂ ਬਾਅਦ ਸਪੈਸ਼ਲ ਕੁਆਲਿਟੀ ਕੀ ਹੈ ਤੁਹਾਡੇ ਵਿੱਚ, ਕੋਈ ਵੀ ਕੁਝ ਵੀ ਤੁਸੀਂ ਲਿਖ ਸਕਦੇ ਹੋ, ਜਿਸ ਚੀਜ਼ ਦਾ ਵੀ ਤੁਹਾਨੂੰ ਐਕਸਪੀਰੀਅੰਸ ਹੈ ਇੱਥੇ ਲਿਖ ਸਕਦੇ ਹੋ। ਠੀਕ ਹੈ, ਇਸ ਤੋਂ ਬਾਅਦ ਲਿਸਟ ਆਫ ਡਾਕੂਮੈਂਟ ਕਿਹੜੇ ਕਿਹੜੇ ਲਾਏ ਨੇ ਤੁਸੀਂ। ਇੱਕ ਤਾਂ ਆਪਾਂ ਆਪਣਾ ਵੋਟਰ ਆਈਡੀ ਕਾਰਡ, ਚਾਹੇ ਆਧਾਰ ਕਾਰਡ ਹੋਵੇ ਚਾਹੇ ਵੋਟਰ ਕਾਰਡ ਹੋਵੇ, ਅਤੇ ਇੱਕ ਆਪਣਾ 8ਵੀਂ ਦਾ ਸਰਟੀਫਿਕੇਟ ਲਾਉਣਾ, ਅਤੇ ਇੱਕ ਆਪਣੀ ਪਾਸਪੋਰਟ ਸਾਈਜ਼ ਫੋਟੋ ਹੈ। ਠੀਕ ਹੈ, ਇਹ ਸਾਰੀਆਂ ਇਸ ਪਰਫੋਰਮੇ ਦੇ ਨਾਲ ਲਾ ਕੇ ਆਪਾਂ ਕਰਨਾ ਕੀ ਹੈ, ਇਹਨਾਂ ਦੇ ਦਿੱਤੇ ਹੋਏ ਪਤੇ ਉੱਪਰ ਆਪਾਂ ਸੈਂਡ ਕਰ ਦਾਂਗੇ, ਅਤੇ ਇਹਨਾਂ ਦਾ ਦਿੱਤਾ ਹੋਇਆ ਪਤਾ ਕਿਹੜਾ ਹੈ, ਬਾਈ ਡਾਕ ਇਹ ਸੈਂਡ ਕਰਨਾ ਦੋਸਤੋ, ਆਫਿਸ ਆਫ ਦਾ ਡਿਸਟ੍ਰਿਕਟ ਐਂਡ ਦਾ ਸੈਸ਼ਨ ਜੱਜ ਬਠਿੰਡਾ, ਇਹ ਇਸ ਪਤੇ 'ਤੇ ਆਪਾਂ ਡਾਕ ਕਰ ਦਾਂਗੇ। ਠੀਕ ਹੈ, ਅਤੇ ਲਾਸਟ ਡੇਟ ਦੀ ਗੱਲ ਵੀ ਦੇਖ ਲਓ, ਉੱਥੇ ਕੀ ਹੈ ਲਾਸਟ ਡੇਟ, 30/7/2022 ਇਸ ਫੋਰਮ ਨੂੰ ਫਿਲ ਕਰਨ ਦੀ ਲਾਸਟ ਡੇਟ ਹੈ। ਓਕੇ।